हाँ जी, डे टू ते असी जिवें रात नूं दस्सिया सी काशीपुर च हां ते इस इत्थे एक अनन्या होटल है उत्थे स्टे कीता होया। ਅੱਜ ਦਾ ਸਫ਼ਰ ਫਿਰ 5 ਘੰਟੇ ਦਾ ਹੈਗਾ ਇੱਥੋਂ। ਤੇ ਚੱਲ ਆ ਜਾਓ ਹੁਣ, ਲੜੋ ਨਾ ਬਸ, ਫਿਰ ਚੱਲ ਗਏ। ਬਹੁਤ ਨਹੀਂ ਤਾਂ 62 किलोमीटर नैनीताल है। 162 किलोमीटर रह गए बस। बस तो फिर तो ले लिया सफर, पर पहुंच गए हैं उस काला डूंगी के जंगलों में। काला डूंगा, शक्ति वाला पता, काला डूंगा वो लीच नहीं एडवांस होए, वो स्ट्रॉबेरी है, वो स्ट्रॉबेरी लग रही है, स्ट्रॉबेरी है यार मेरे ताल तो। चक लू तेन मैं दसी ना परे वजा चक्की ना, फिर असि चकना इतने सट जागे की हो गया मोबाइल दा आ यार आ ए उत्ते चलो। डरजा भी लगता कि बैठे रख लो लम्मी जी सही गल है, देख तो लै जावांगे भी कित्थे जे दूजा कित्थे रह गया ਮਰਜ਼ੀ
आराम नाल तुरद रहे। ਕੀ ਭਾਲਦਾ ਹੁਣ ਕੁਛ ਰਹਿ ਗਿਆ ਖਾਣ ਦਾ ਖਲਾ ਖਲਾ ਵੀ ਆਪਣਾ ਆਈਸਕ੍ਰੀਮ ਹੈ ਕੀ ਓਏ ਜਾ ਆਈਸਕ੍ਰੀਮ ਆ ਕੇ ਰੇੜੀ ਕੋਲ ਲਾਵਾਂਗੇ ਉੱਥੇ ਉਹ ਗੱਚਕ ਖਾਣੀ ਹੈ ਗੱਚਕ ਇਹ ਗੱਚਕ ਨਹੀਂ ਗਈ ਕੁਛ ਉਹ ਤੁਰ ਪਗਾ ਇੱਕ ਮਿੰਟ ਯਾਰ ਬ੍ਰੇਕ ਲੱਗ ਗਈ ਗੱਚਕ ਤਾਂ ਹੋਇਆ ਯਾਰ ਗੱਚ ਕੀ ਆ ਜ਼ਲਾ ਪਾਪੜੇ ਲੈ ਆਈ ਬਾਈ ਗੱਚਕ ਨਹੀਂ ਵਾਲਾ ਵਧੀਆ ਓਏ मेरा नाम नंदन बिष्ट है, मैं यहीं से लोकल मेरा ही गांव है। ओके। और बाकी कुछ एक्टिविटीज होती है मैं अपनी होटल की ठीक है, जिसमें कि एक्सकर्शन ये वॉक घुमाना ये चीजें मैं करता हूँ। ठीक है ठीक है। बाकी आप लोग डॉग लवर हैं? हाँ हाँ। अपनी प्रॉपर्टी में भी हैं, तीन है, दोनों एल्सा और एक छोटी सी आई है मेरी। अच्छा झूला खोल अज सत्त पई सी इधर ਜੂਨੂ ਇਹਦਾ ਨਾਮ ਜੂਨੂ ਤੂੰ ਕਿੱਦਾਂ ਟੇਦਾ ਹੈਲੋ ਜੂਨੂ ਉਸਤਾਦ ਇਹ ਬਰੀਡ ਹੈ ਇੱਥੋਂ ਦੀ ਜਿਵੇਂ ਆਪਣੇ ਗੱਦੀ ਹੈ ਨਾ ਇਹ ਬੂਟੀਆ ਇੱਥੋਂ ਦੀ ਬਰੀਡ ਹੈ ਇਹ ਮਿਲ ਕੇ ਆਓ ਸਾਰੇ ਮਿਲ ਕੇ ਆ ਗਏ ਫਾਈਨਲੀ ਪਹੁੰਚ ਗਏ ਜੀ ਬਿੰਸਰ ਅਤੇ ਆਪਣੇ ਹੋਟਲ 'ਚ ਆ ਗਏ ਹੈਗੇ ਹਾਂ ਜਿਹਦਾ ਨਾਮ ਹੈਗਾ ਦ ਕਮਾਊ। ਇਹਦੀ ਵੀਡੀਓ ਵੀ ਸਪੈਸ਼ਲੀ ਮੈਂ ਪ੍ਰੋਪਰ ਪਾਊਂਗਾ ਯੂਟਿਊਬ 'ਤੇ ਅਤੇ ਫਿਲਹਾਲ ਥੋੜ੍ਹੀ ਦੇਰ ਕਰਦੇ ਹਾਂ ਰੈਸਟ, ਫਿਰ ਦੇਖਦੇ ਹਾਂ ਕੀ ਹੁੰਦਾ। ਆ ਤਾਂ ਦੇਖੀ ਫੋਟੋ ਖਿਚਾਉਂਦਾ ਮਾਰਾ ਉਹੀ ਕਰੋ ਉਹ ਫੋਟੋ ਬੜੀ ਗੋਡ ਰੋਡ ਦੇ ਵੀਡੀਓ ਮੇਰੀ ਗੱਲ ਸੁਣ ਬੱਪੂ ਦੀ ਨਹੀਂ ਕਰਦੀ ਕੁਛ ਹੋ ਜਾਣੀ ਤੂੰ ਵੀ ਮਾਰਿਆ ਪਤਾ ਪੰਪ ਠੋਕ ਕੇ ਮਾਰਦਾ ਏਡੀ ਵੀ ਮੈਨੂੰ ਲੱਗਦਾ ਘੈਂਟ ਨਹੀਂ ਆ ਰਹੀ ਫੋਟੋ ਵਿੱਚ ਆ ਕੇ ਗੱਲ ਕਰਾਂਗੇ ਕਹਿੰਦੇ ਫਿਲਹਾਲ ਆਈ ਐਮ ਬਿਜ਼ੀ ਵਿਦ ਮਾਈ ਫਰੈਂਡਸ ਯੂ ਡਰਾਇੰਗ ਦ ਟੂਰ।
ਨੇਪਾਲ ਕਹਿੰਦਾ ਨਾਲ ਹੀ ਰਹਿ ਗਿਆ ਨਾ ਉਹ ਡਾਂਡੇ ਪਿੰਡੇ ਨਾ ਹੋ ਆ ਜਾ ਚਲੋ ਟ੍ਰੈਕਿੰਗ ਹੋ ਗਈ ਆ ਜਾ ਆ ਜਾ ਹੁਣ ਓ ਆ ਜਾ ਤੂੰ ਰਹਿ ਗਿਆ ਇਕੱਲਾ ਆ ਜਾ ਆ ਜਾ ਕੋਟੇ ਖਰਾਬ ਆ ਜਾ ਤੂੰ ਆ ਲੰਬੇ ਨਾ ਉਧਰ ਦੀ ਬੰਦਾ ਬਾੜ ਕੀਤੀ ਆ ਜਾ ਆ ਹੁਣ ਲੋਕਾਂ ਦੇ ਘਰੇ ਵੜਦਾ ਫਿਰਦਾ ਬੰਦ ਹੈ ਹੁਣ ਹੁਣ ਕੀ ਹੋ ਗਿਆ ਆਹ ਮੁੰਡਾ ਬੜਾ ਇਹ ਨਾ ਬਣਾ ਰਿਹਾ ਵੀਡੀਓ ਸ਼ੂਟ ਕਰ ਰਿਹਾ ਦੇਖੀ ਆਹ ਮੁੰਡੇ ਦੀ ਸ਼ਕਲ ਦੇਖੀ ਆਹ ਦੇਖ ਦੇਖ ਮੂਸੇ ਵਾਲਿਆਂ ਨੂੰ